ਗੱਲ ਤਾਂ ਬਣੀ ਪਈ ਆ ਹੁਣ ਆ ਤਾਂ ਮੁੱਛ ਦਾ ਸਵਾਲ ਬੜਾ ਹੀ ਕਰਦਾ ਮੋਦੀ ਸਾਹਿਬ ਦਾ ਮੋਦੀ ਸਾਹਿਬ ਨੂੰ ਬੇਨਤੀ ਕਰਦਾ ਵਾ ਵੀ ਟੀਟੂ ਬਾਣੀ ਤੁਹਾਨੂੰ ਬੇਨਤੀ ਕਰਦਾ ਵਾ ਮੁੱਛ ਦਾ ਸਵਾਲ ਨਾ ਬਣਾਓ ਅੱਜ ਤੁਹਾਨੂੰ ਅਸੀਂ ਪੀਐਮ ਬਣਾਇਆ ਵਾ ਅਗਲੀ ਵਾਰ ਵੀ ਤੁਹਾਨੂੰ ਪੀਐਮ ਬਣਾਵਾਂਗੇ ਪਰ ਕਾਨੂੰਨ ਰੱਦ ਕਰੋ ਗਰਾ ਵਿਰੋਧੀ ਧਿਰ ਤੁਸੀਂ ਕਦੇ ਆਹ ਆਪਣੇ ਰਵਨੀਤ ਬਿੱਟੂ ਨੂੰ ਤਾਂ ਨਹੀਂ ਕਹਿੰਦੇ ਉਹ ਰਵਨੀਤ ਬਿੱਟੂ ਦਾ ਉੱਥੇ ਬੈਠਾ ਜੰਤਰ ਮੰਤਰ ਦੇ ਡਰਾਮੇ ਕਰੀ ਜਾਂਦਾ ਵਾ ਐਮ ਪੀ ਡਿੰਪਲ ਸਾਹਿਬ ਨੇ ਕਿੰਨਾ ਘਟੀਆ ਕੰਮ ਕੀਤਾ ਤੁਸੀਂ ਦੇਖ ਹੀ ਲਿਆ ਡਿੰਪਲ ਨੇ ਕੀ ਕੀਤਾ ਇੱਕ ਪੱਤਰਕਾਰ ਨਾਲ ਬਦਸਲੂਕੀ ਕੀਤੀ ਆ ਉਹ ਤਾਂ ਵਿਰੋਧੀ ਧਿਰਾਂ ਨੂੰ ਤਾਂ ਮੋਦੀ ਸਾਹਿਬ ਨੇ ਬਿਠਾਇਆ ਹੋਇਆ ਜੰਤਰ ਮੰਤਰ 'ਤੇ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਆ ਕਿਸਾਨ ਆਪਣੇ ਮੰਗਾਂ ਲੈ ਕੇ ਲਗਾਤਾਰ ਦਿੱਲੀ ਬਾਰਡਰ ਡਟੇ ਹੋਏ ਨੇ ਦਿੱਲੀ ਬਾਰਡਰਾਂ 'ਤੇ ਕਿਸਾਨਾਂ ਅੰਦੋਲਨ ਨੂੰ ਅੱਜ ਇੱਕ ਮਹੀਨਾ ਪੂਰਾ ਹੋ ਗਿਆ ਅੱਜ ਇੱਥੇ ਲੁਧਿਆਣਾ ਦੇ ਵਿੱਚ ਟੀਟੂ ਬਾਣੀਆਂ ਮੌਜੂਦ ਨੇ ਇੱਥੇ ਜਿਹੜੇ ਕਿ ਬੀਜੇਪੀ ਦਫ਼ਤਰ ਦੇ ਬਾਹਰ ਬੈਠੇ ਨੇ ਧਰਨਾ ਲਾਈ ਬੈਠੇ ਨੇ ਟੀਟੂ ਬਾਣੀਆਂ ਤੁਸੀਂ ਵੀਰਾਂ ਤੁਸੀਂ ਦੇਖ ਸਕਦੇ ਹੋ ਟੀਟੂ ਬਾਣੀਆਂ ਇੱਥੇ ਧਰਨਾ ਲਾਈ ਬੈਠੇ ਨੇ ਬੀਜੇਪੀ ਦੇ ਦਫ਼ਤਰ ਦੇ ਬਾਹਰ ਟੀਟੂ ਬਾਣੀਆਂ ਨਾਲ ਗੱਲ ਕਰਾਂਗੇ ਬਾਣੀਆਂ ਜੀ ਫੁੱਲ ਗੁਲਦਸਤੇ ਲੈ ਕੇ ਆਏ ਹੋ ਅੱਜ ਸਭ ਤੋਂ ਪਹਿਲਾਂ ਟੀਟੂ ਬਾਣੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬੀਜੇਪੀ ਵਾਲੇ ਨੂੰ ਬੇਨਤੀ ਕਰਨ ਆਏ ਹਾਂ ਗੈਟ ਵੈਲ ਸੂਨ ਵੀ ਜਲਦੀ ਠੀਕ ਹੋ ਜਾਓ ਸਾਡੇ ਜਿਹੜੇ ਕਿਸਾਨ ਹੈਗੇ ਆ ਉਹ ਸੜਕਾਂ 'ਤੇ ਬੈਠੇ ਨੇ ਇੰਨੀ ਠੰਡ ਦੇ ਵਿੱਚ ਬੈਠੇ ਨੇ ਅਤੇ ਸਾਡੇ ਜਿਹੜੇ ਬੀਜੇਪੀ ਦੇ ਲੀਡਰ ਨੇ ਜਿਹੜਾ ਉਹ ਗੀਜ਼ਰ ਲਾ ਕੇ ਰਜਾਈਆਂ ਲੈ ਕੇ ਘਰਾਂ ਦੇ ਵਿੱਚ ਸੁੱਤੇ ਪਏ ਨੇ ਅਸੀਂ ਅੱਜ ਬੀਜੇਪੀ ਵਾਲੇ ਨੂੰ ਠੀਕ ਕਰਨ ਵਾਸਤੇ ਆਏ ਹਾਂ ਜਿਵੇਂ ਵੀਰ ਪਾਗਲ ਨੂੰ ਠੀਕ ਕਰਨ ਵਾਸਤੇ ਡਾਕਟਰ ਦੀ ਲੋੜ ਹੁੰਦੀ ਆ ਗੱਡੀ ਖਰਾਬ ਹੋ ਜਾਵੇ ਉਹਨੂੰ ਠੀਕ ਕਰਨ ਵਾਸਤੇ ਮਕੈਨਿਕ ਦੀ ਲੋੜ ਹੁੰਦੀ ਆ ਇਸੇ ਤਰ੍ਹਾਂ ਅਸੀਂ ਬੀਜੇਪੀ ਨੂੰ ਠੀਕ ਕਰਨ ਵਾਸਤੇ ਫੁੱਲ ਲੈ ਕੇ ਆਏ ਹਾਂ ਗੁਲਦਸਤੇ ਲੈ ਕੇ ਆਏ ਹਾਂ ਅਸੀਂ ਨਾਲੇ ਬੀਜੇਪੀ ਨੂੰ ਪੁੱਛਣਾ ਚਾਹੁੰਦੇ ਹਾਂ ਵੀ ਤੁਸੀਂ ਦੱਸੋ ਕਿਵੇਂ ਠੀਕ ਹੋਵੋਗੇ ਸਾਡੇ ਕੋਲ ਸਾਰੇ ਔਜ਼ਾਰ ਨੇ ਕਿਹੜਾ ਜੇ ਤੁਹਾਡੇ ਦਿਮਾਗ ਦਾ ਸਕਰੂ ਢਿੱਲਾ ਹੋ ਗਿਆ ਅਸੀਂ ਰੈਂਚ ਨਾਲ ਕੱਸ ਵੀ ਦਿੰਦੇ ਹਾਂ ਸਾਡੇ ਕੋਲ ਰੈਂਚ ਵੀ ਹੈਗੇ ਆ ਅਸੀਂ ਅੱਜ ਇਹਨਾਂ ਨੂੰ ਬੇਨਤੀ ਕਰਨ ਆਏ ਹਾਂ ਵੀ ਸਾਡਾ ਕਿਸਾਨ ਹੈਗਾ ਵਾ ਇੱਕ ਨਵਾਂ ਸਾਲ ਆ ਗਿਆ ਵੀਰ ਸਾਡੇ ਕਿਸਾਨ ਦਿੱਲੀ ਬੈਠੇ ਆ ਸਾਡੇ ਪੁਲਿਸ ਮੁਲਾਜ਼ਮ ਵੀ ਪਰੇਸ਼ਾਨ ਨੇ ਸਾਡੀ ਆਮ ਜਨਤਾ ਵੀ ਪਰੇਸ਼ਾਨ ਆ ਅਸੀਂ ਕਹਿੰਦੇ ਹਾਂ ਜਿਹੜੇ 3 ਕਾਨੂੰਨ ਤੁਸੀਂ ਬਣਾਏ ਆ ਇਹਨਾਂ ਨੂੰ ਰੱਦ ਕੀਤਾ ਜਾਵੇ ਕਿਉਂਕਿ ਕਾਨੂੰਨ ਜਿਹੜੇ ਹੈਗੇ ਆ ਤੁਸੀਂ ਤਕੜੇ ਬੰਦੇ ਨੂੰ ਅਡਾਨੀ ਦੇ ਅਵਾਨੀ ਨੂੰ ਦੇ ਥਰੂ ਬਣਾਏ ਨੇ ਜਿਹੜਾ ਇਹਨਾਂ ਨੂੰ ਕੈਂਸਲ ਕੀਤਾ ਜਾਵੇ ਵੀਰ ਕਿਸਾਨੀ ਅੰਦੋਲਨ ਨੂੰ ਦਿੱਲੀ 'ਚ ਇੱਕ ਮਹੀਨਾ ਪੂਰਾ ਹੋ ਗਿਆ ਬਾਰਡਰਾਂ 'ਤੇ ਨਤੀਜਾ ਅਧੂਰਾ ਆ ਆਹੀ ਤਾਂ ਗੱਲਬਾਤ ਆ ਕਿਉਂਕਿ ਜਿਹੜੇ ਸਿਆਸੀ ਪਾਰਟੀਆਂ ਨੇ ਜਿਹੜਾ ਲੋਕਾਂ ਨੇ ਜਿਨ੍ਹਾਂ ਨੂੰ ਚੁਣਿਆ ਉਹ ਲੋਕਾਂ ਦੇ ਵਿਰੋਧ ਵਿੱਚ ਕੰਮ ਕਰ ਰਹੀਆਂ ਨੇ ਕੋਈ ਵੀ ਸਿਆਸੀ ਪਾਰਟੀ ਹੈਗੀ ਆ ਜਿਵੇਂ ਕੈਪਟਨ ਸਰਕਾਰ ਲਾ ਲਓ ਜਾਂ ਕੋਈ ਆਪਣੀ ਮਗਰਲੇ ਸਰਕਾਰ ਆਈਆਂ ਨੇ ਸਾਰੀਆਂ ਇਸ ਕਾਨੂੰਨ ਦੇ ਹੱਕ ਦੇ ਵਿੱਚ ਨੇ ਅਸੀਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਨਵਾਂ ਸਾਲ ਆਉਂਦਾ ਵਾ ਵੀ ਸਾਡੇ ਕਿਸਾਨ ਸਾਡਾ ਅੰਨਦਾਤਾ ਸਾਡੇ ਆਮ ਲੋਕ ਪਰੇਸ਼ਾਨ ਨੇ ਵੀ ਇਹਨੂੰ ਕੈਂਸਲ ਕੀਤਾ ਜਾਵੇਗਾ ਕਾਨੂੰਨ ਰੱਦ ਕੀਤੇ ਜਾਣ ਅੱਜ ਅਸੀਂ ਰੋਸ ਵਜੋਂ ਅਸੀਂ ਘੰਟਾ ਘਰ ਆਏ ਹਾਂ ਬੀਜੇਪੀ ਦੇ ਦਫ਼ਤਰ ਉੱਤੇ ਹੈਗਾ ਵਾ ਅਸੀਂ ਫੁੱਲ ਲੈ ਕੇ ਆਏ ਹਾਂ ਅਸੀਂ ਗਿਫਟ ਲੈ ਕੇ ਆਏ ਹਾਂ ਵੀ ਤੁਸੀਂ ਠੀਕ ਹੋ ਜਾਓ ਤੁਸੀਂ ਦਿਮਾਗੀ ਬਿਮਾਰ ਹੋ ਚੁੱਕੇ ਹੋ ਤੁਹਾਨੂੰ ਠੀਕ ਕਰਨ ਵਾਸਤੇ ਜਾਂ ਤੁਸੀਂ ਦੱਸ ਦਿਓ ਵੀ ਕਿਵੇਂ ਠੀਕ ਹੋਵਾਂਗੇ ਅਸੀਂ ਅੱਜ ਇਹਨਾਂ ਨੂੰ ਠੀਕ ਕਰਨ ਵਾਸਤੇ ਤੁਹਾਨੂੰ ਕੀ ਲੱਗਦਾ ਕਿਸਾਨ ਅਤੇ ਸਰਕਾਰ ਦੇ ਵਿਚਾਲੇ ਕਿੰਨਾ ਟਾਈਮ ਲੱਗੂਗਾ ਕਦੋਂ ਬਣੂਗੀ ਗੱਲ ਕਿਉਂਕਿ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਦੇਖੋ ਜੀ ਗੱਲ ਤਾਂ ਬਣੀ ਪਈ ਆ ਗੱਲ ਤਾਂ ਬਣੀ ਪਈ ਆ ਹੁਣ ਆ ਤਾਂ ਮੁੱਛ ਦਾ ਸਵਾਲ ਬੜਾ ਹੀ ਕਰਦਾ ਮੋਦੀ ਸਾਹਿਬ ਦਾ ਮੋਦੀ ਸਾਹਿਬ ਨੂੰ ਬੇਨਤੀ ਕਰਦਾ ਵਾ ਵੀ ਟੀਟੂ ਬਾਣੀ ਤੁਹਾਨੂੰ ਬੇਨਤੀ ਕਰਦਾ ਵਾ ਮੁੱਛ ਦਾ ਸਵਾਲ ਨਾ ਬਣਾਓ ਅੱਜ ਤੁਹਾਨੂੰ ਅਸੀਂ ਪੀਐਮ ਬਣਾਇਆ ਵਾ ਅਗਲੀ ਵਾਰ ਵੀ ਤੁਹਾਨੂੰ ਪੀਐਮ ਬਣਾਵਾਂਗੇ ਪਰ ਕਾਨੂੰਨ ਰੱਦ ਕਰੋ ਗਰਾ ਮੈਂ ਤਾਂ ਦਿੱਲੀ ਕਿਸਾਨ ਵੀਰਾਂ ਨੂੰ ਵੀ ਕਹਿੰਦਾ ਵਾ ਜਥੇਬੰਦੀਆਂ ਨੂੰ ਵੀ ਕਹਿੰਦਾ ਵਾ ਵੀ ਮਹਾਤਮਾ ਗਾਂਧੀ ਬਣ ਕੇ ਇਸ ਨੂੰ ਪਾਸ ਨਹੀਂ ਕਰ ਸਕਦੇ ਸਾਨੂੰ ਅੱਜ ਯਾਨੀ ਕਹਿਣ ਦਾ ਬਾਬਾ ਭਗਤ ਸਿੰਘ ਬਣਨਾ ਪੈਣਾ ਵਾ ਤੁਸੀਂ ਐਲਾਨ ਕਰੋ ਤੁਸੀਂ ਤਰੀਕ ਦਿਓ ਵੀ ਬਾਰਡਰ ਟੱਪੋ ਆਪਾਂ ਨੂੰ ਦਿੱਲੀ ਦਾ ਬਾਰਡਰ ਟੱਪਣਾ ਪੈਣਾ ਵਾ ਦਿੱਲੀ ਦੇ ਅੰਦਰ ਜਾਣਾ ਪੈਣਾ ਵਾ ਦਿੱਲੀ ਦੇ ਅੰਦਰ ਟਰੈਕਟਰ ਵਸਾਉਣੇ ਪੈਣੇ ਆ ਦਿੱਲੀ ਦੇ ਅੰਦਰ ਯਾਨੀ ਜੇ ਜਾਵਾਂਗੇ ਫਿਰ ਗੱਲ ਬਣਨੀ ਹੈ ਵੀਰੇ ਅੱਜ ਤਾਂ ਜੇ ਕਿਸਾਨ ਜਥੇਬੰਦੀਆਂ ਨੇ ਛੇਤੀ ਐਲਾਨ ਨਾ ਕੀਤਾ ਜਿਹੜੇ ਨੌਜਵਾਨ ਆ ਉਹਨਾਂ ਦਾ ਖੂਨ ਠੰਡਾ ਹੋ ਜਾਣਾ ਵੀਰੇ ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਸਾਨੂੰ ਦੱਸੋ ਅਸੀਂ ਕਦੋਂ ਆਈਏ ਅਸੀਂ ਦਿੱਲੀ ਦੇ ਅੰਦਰ ਘੁਸ ਕੇ ਕਰਾਂ ਅਤੇ ਅਸੀਂ ਮੋਦੀ ਦਾ ਜਿਹੜਾ ਹੈਗਾ ਵਾਕਰਾ ਗਲਾਵਾਂ ਫੜਾਂਗੇ ਕਿਉਂਕਿ ਆਹ ਬਾਰਡਰਾਂ 'ਤੇ ਬੈਠੇ ਇੱਕ ਮਹੀਨਾ ਹੋ ਗਿਆ ਸਰਕਾਰ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਸਰਕਾਰ ਡਰਾਮੇ 'ਤੇ ਡਰਾਮਾ ਕਰੀ ਜਾਂਦੀ ਆ ਅੱਜ ਤਾਂ ਵੀਰੇ ਬੇਨਤੀ ਕਰਦੇ ਹਾਂ ਜਥੇਬੰਦੀਆਂ ਨੂੰ ਵੀ ਸਾਨੂੰ ਅੱਗੇ ਵਧਣ ਦਾ ਪ੍ਰੋਗਰਾਮ ਦਿੱਤਾ ਜਾਵੇ ਵਿਰੋਧੀ ਧਿਰ ਉਹਨਾਂ ਦਾ ਕਹਿਣਾ ਕਹਿੰਦਾ ਸਰਕਾਰ ਦਾ ਕਹਿਣਾ ਕਿ ਵਿਰੋਧੀ ਧਿਰ ਭੋਲੇ ਭਾਲੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ
ਵਿਰੋਧੀ ਧਿਰ ਤੁਸੀਂ ਕਦੇ ਆਹ ਆਪਣੇ ਰਵਨੀਤ ਬਿੱਟੂ ਨੂੰ ਤਾਂ ਨਹੀਂ ਕਹਿੰਦੇ? ਉਹ ਰਵਨੀਤ ਬਿੱਟੂ ਦਾ ਉੱਥੇ ਬੈਠਾ ਜੰਤਰ ਮੰਤਰ 'ਤੇ ਡਰਾਮੇ ਕਰੀ ਜਾਂਦਾ ਵਾ, ਵਿਰੋਧੀ ਧਿਰਾਂ ਦੀ ਤੁਸੀਂ ਨਾ ਗੱਲ ਸੁਣੋ। ਨਾਲੇ ਉਹਨਾਂ ਨੇ ਹੁਣ ਪਿੱਛੇ MP ਡਿੰਪਲ ਸਾਹਿਬ ਨੇ ਕਿੰਨਾ ਘਟੀਆ ਕੰਮ ਕੀਤਾ ਤੁਸੀਂ ਦੇਖ ਹੀ ਲਿਆ। ਡਿੰਪਲ ਨੇ ਕੀ ਕੀਤਾ? ਇੱਕ ਪੱਤਰਕਾਰ ਨਾਲ ਬਦਸਲੂਕੀ ਕੀਤੀ ਆ, ਉਹ ਤਾਂ ਵਿਰੋਧੀ ਧਿਰਾਂ ਨੂੰ ਤਾਂ ਮੋਦੀ ਸਾਹਿਬ ਨੇ ਬਿਠਾਇਆ ਹੋਇਆ ਜੰਤਰ ਮੰਤਰ 'ਤੇ ਕਿਸਾਨਾਂ ਨੂੰ ਖਰਾਬ ਕਰਨ ਵਾਸਤੇ। ਕਦੇ ਰਮਨੀਤ ਬਿੱਟੂ ਕਿਸਾਨ ਜਥੇਬੰਦੀਆਂ ਨੂੰ ਗਾਲਾਂ ਕੱਢਣ ਲੱਗ ਜਾਂਦਾ, ਕਦੇ ਪੱਤਰਕਾਰਾਂ ਨੂੰ ਕੱਢਣ ਲੱਗ ਜਾਂਦਾ ਵਾ, ਆਹ ਤਾਂ ਡਰਾਮਾ ਕਰਦੇ ਵੀ ਡਰਾਮਾ। ਵਿਰੋਧੀ ਧਿਰਾਂ ਤਾਂ ਇੱਥੇ ਹੈ ਹੀ ਨਹੀਂ ਗਿਰਾ, ਜੇ ਵਿਰੋਧੀ ਧਿਰਾਂ ਹੁੰਦੀਆਂ ਹੁਣ ਤੱਕ ਤਾਂ ਮਸਲਾ ਹੱਲ ਹੋ ਜਾਣਾ ਸੀਗਾ। ਕੇਂਦਰ ਸਰਕਾਰ ਲਗਾਤਾਰ ਕਿਸਾਨਾਂ ਨੂੰ ਭਰੋਸਾ ਦੇ ਰਹੀ ਆ, ਕਿਸਾਨ ਕਿਉਂ ਵਿਸ਼ਵਾਸ ਨਹੀਂ ਕਰ ਰਹੇ? ਪਹਿਲਾਂ ਮੋਦੀ ਸਾਹਿਬ ਨੇ 15 ਲੱਖ ਰੁਪਏ ਕਿਹਾ ਸੀਗਾ, ਆ ਗਏ ਮੇਰੇ ਸਾਰੇ ਖਾਤੇ 'ਚ। ਫਿਰ ਕਹਿੰਦੇ ਜੀ ਕੈਪਟਨ ਕਹਿੰਦੇ ਹਰ ਘਰ ਨੌਕਰੀ ਦੇਵਾਂਗੇ, ਮਿਲ ਗਈ ਨੌਕਰੀ? ਕਹਿੰਦੇ ਜੀ 2500-2500 ਰੁਪਏ ਪੈਨਸ਼ਨ ਦੇਵਾਂਗੇ, ਮਿਲ ਗਈ? ਉਹ ਇਹਨਾਂ ਨੇ ਆਪਣਾ ਵਜੂਦ ਸੱਟ ਲਿਆ, ਇਹਨਾਂ 'ਤੇ ਹੁਣ ਵਿਸ਼ਵਾਸ ਹੀ ਨਹੀਂ ਕਰਦਾ ਕੋਈ। ਆ ਕਹਿੰਦੇ ਸੀਗੇ 100 ਦਿਨਾਂ 'ਚ ਕਾਲਾ ਧਨ ਲਿਆਵਾਂਗੇ, ਆ ਗਿਆ ਵੀਰੇ? ਹੁਣ ਲੀਡਰਾਂ 'ਤੇ ਕੋਈ ਵਿਸ਼ਵਾਸ ਨਹੀਂ ਕਰਦਾ, ਆ 0 ਹੋਏ ਪਏ ਨੇ। ਕਿਸਾਨੀ ਗੱਲਬਾਤ ਕਿਉਂ ਰੁਲੀ ਹੋਈ ਆ? ਵਿਰੋਧੀ ਧਿਰਾਂ ਕਰਕੇ ਰੁਲੀ ਹੋਈ ਆ, ਗਲਤ ਪ੍ਰਚਾਰ ਕਰਕੇ ਰੁਲੀ ਆ, ਕੀ ਕਾਰਨ ਮੰਨਦੇ ਤੁਸੀਂ? ਦੇਖੋ ਜੀ, ਰੁਲੀ ਨਹੀਂ ਹੋਈ ਗਿਰਾ, ਸਾਡੀ ਕਿਸਾਨੀ ਹਜੇ ਤੱਕ ਮਜ਼ਬੂਤ ਆ, ਸਟਰੋਂਗ ਆ, ਪਰ ਸਾਨੂੰ ਅੱਗੇ ਵਧਣਾ ਪੈਣਾ ਵਾ। ਦਿੱਲੀ ਦੇ ਬਾਰਡਰਾਂ 'ਤੇ ਬਹਿ ਕੇ ਗੱਲ ਨਹੀਂ ਬਣਨੀ, ਟੀਟੂ ਬਾਣੀ ਆ, ਕਾਪੀ 'ਤੇ ਲਿਖਾ ਲਓ ਚਾਹੀਦਾ। ਇਹ ਸੀ ਸਾਡੇ ਨਾਲ ਟੀਟੂ ਬਾਣੀ, ਜਿਹੜੇ ਕਿ BJP ਦਫ਼ਤਰ ਦੇ ਬਾਹਰ ਧਰਨਾ ਲਾਈ ਬੈਠੇ ਆ। ਟੀਟੂ ਬਾਣੀਆਂ ਦਾ ਇੱਥੇ ਲੁਧਿਆਣਾ 'ਚ BJP ਦਫ਼ਤਰ ਦੇ ਬਾਹਰ ਆਉਣਾ ਇੱਕ ਮਜਬੂਰੀ ਆ, ਇੱਕ ਸਿਆਸਤ ਆ, ਜਾਂ ਫਿਰ ਕੋਈ ਹੋਰ ਆ? ਇਹ ਪੰਜਾਬੀ ਲੋਕ ਚੈਨਲ ਜਿਹੜੇ ਲੋਕ ਦੇਖ ਰਹੇ ਆ, ਇਹ ਲੋਕ ਦੱਸਣਗੇ। ਲੁਧਿਆਣਾ ਤੋਂ ਲਖਵਿੰਦਰ ਸਿੰਘ, ਪੰਜਾਬੀ ਲੋਕ ਚੈਨਲ। ਮੇਰਾ ਨਾਮ ਨੀਲਮ ਹੈ, ਮੇਰੇ ਘਰ ਦਾ ਨਾਮ ਸਰਦਾਰ ਸੂਬਾ ਸਿੰਘ ਆ, ਅਸੀਂ ਪਿੰਡ ਆਲੇਵਾਲ ਦੇ ਰਹਿਣ ਵਾਲੇ ਹਾਂ, ਫਿਰੋਜ਼ਪੁਰ ਜ਼ਿਲ੍ਹਾ ਫਿਰੋਜ਼ਪੁਰ। ਅਤੇ ਮੇਰੇ ਕੈਂਸਰ ਹੋ ਗਿਆ ਸੀ 2000 ਵਿੱਚ, ਅਤੇ ਮੈਂ PGH ਚੰਡੀਗੜ੍ਹ ਤੋਂ ਇਲਾਜ ਕਰਵਾਇਆ ਸੀ ਜੀ। ਉੱਥੋਂ ਓਪਰੇਸ਼ਨ ਕੀਤਾ ਉਹਨਾਂ ਨੇ, ਮੇਰਾ ਓਪਰੇਸ਼ਨ ਕਰਤਾ, ਅਤੇ ਇਲਾਜ ਹੋਣ ਤੋਂ ਬਾਅਦ ਮੈਂ 2 ਸਾਲ ਬਾਅਦ ਫਿਰ ਕੈਂਸਰ ਫੁੱਟ ਪਿਆ। ਫਿਰ ਮੈਨੂੰ ਇਹਨਾਂ ਨੇ ਦੱਸਿਆ ਰੋਮੋਸਟੈਟਿਕ ਵਾਲਿਆਂ ਦਾ, ਫਿਰ ਮੈਂ ਇੱਥੇ ਚਲੀ ਗਈ ਅਤੇ ਇੱਥੇ ਮੈਨੂੰ ਜਾਂਦਿਆਂ ਉਹਨਾਂ ਨੇ 8 ਦਿਨ ਦੀ ਦਵਾਈ ਦਿੱਤੀ, ਅਤੇ 8 ਦਿਨ ਬਾਅਦ ਮੈਨੂੰ ਥੋੜ੍ਹਾ ਫਰਕ ਪੈਣਾ ਸ਼ੁਰੂ ਹੋ ਗਿਆ ਕਿ ਮੈਨੂੰ ਪਹਿਲਾਂ ਐਂ ਸੀਗਾ ਕਿ ਵੀ ਨਹੀਂ ਬਚਦੀ, ਫਿਰ ਮੜ ਕੇ ਜਦੋਂ ਇਹਨਾਂ ਦਵਾਈ ਦਿੱਤੀ ਤਾਂ ਉਹਦੇ ਨਾਲ ਮੈਨੂੰ ਬਹੁਤ ਫਰਕ ਪੈ ਗਿਆ। 8 ਦਿਨਾਂ 'ਚ ਥੋੜ੍ਹਾ ਜਿਹਾ ਪੈਣਾ ਫਰਕ ਹੋ ਗਿਆ। 3 ਮਹੀਨੇ ਦਾ ਇਲਾਜ ਸੀ ਇਹਨਾਂ ਦਾ, ਵੀ 3 ਮਹੀਨੇ ਅਸੀਂ ਦਵਾਈ ਖਵਾਵਾਂਗੇ ਫਿਰ ਠੀਕ ਕਰਾਂਗੇ ਤੈਨੂੰ। ਉਹ 3 ਮਹੀਨਿਆਂ ਦੇ ਵਿੱਚ ਉਹ ਵੀ ਮੈਂ 8 ਦਿਨ ਘੱਟ ਹੀ ਖਾਧੀ ਦਵਾਈ, ਅਤੇ ਮੈਂ ਠੀਕ ਹੋ ਗਈ ਬਿਲਕੁਲ। ਫਿਰ ਮੈਂ ਇੱਥੋਂ ਬਾਗੀ ਤੋਂ ਕਰਵਾਇਆ, CT ਸਕੈਨ ਕਰਵਾਈ, ਸਾਰੇ ਟੈਸਟ ਦੁਬਾਰਾ ਕਰਵਾਏ ਵੀ ਕੈਂਸਰ ਹੋ ਫਿਰ ਰਹਿ ਤਾਂ ਨਹੀਂ ਗਿਆ ਕਿਤੇ। ਉਹ ਕਹਿੰਦੇ ਨਹੀਂ ਜੀ ਹੁਣ ਤੂੰ ਬਿਲਕੁਲ ਠੀਕ ਆ।